ਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ PSAT Study Notes ਦੇ ਉੱਪਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ PSAT ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ सीटेट ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਹਾਂ ਜੀ ਸੋ ਜੋ ਕਾਫੀ ਹੈਲਪਫੁਲ ਨੇ ਤੁਹਾਡੀ सीटेट ਔਰ PSAT ਦੀ ਪ੍ਰੈਪਰੇਸ਼ਨ ਵਾਸਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਮਾਸਟਰ ਕਲਾਸਰ ਪੰਜਾਬੀ ਦੀ ਜਾਂ ਐਸਐਸਟੀ ਦੀ ਜਾਂ ਈਟੀਟੀ ਦੇ ਸੈਕੰਡ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਉਸਦੇ ਲਈ ਵੀ ਕਾਫੀ ਵੀਡੀਓ ਅਪਲੋਡ ਨੇ ਜਿਨ੍ਹਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਔਰ ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਜਿਹੜੀ ਹੈ ਸ਼ ਸੋ ਐਜੂਕੇਸ਼ਨਲ ਵੀਡੀਓ ਦੇ ਨਾਲ-ਨਾਲ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈ ਆਬਵੀਅਸਲੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਅੱਜ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਰਿਲੇਟਡ ਹੈ ਜੀ ਸੀਟੈਟ ਦੇ ਨਾਲ ਸੋ ਸੀਟੈਟ ਦੀ ਜਿਹੜੀ ਐਗਜ਼ਾਮ ਡੇਟ ਹੈ ਉਹ ਜਿਹੜੀ ਹੈ ਸੀਟੈਟ ਵੱਲੋਂ ਔਰ ਸੀਬੀਐਸਸੀ ਵੱਲੋਂ ਸੌਰੀ ਜੋ ਹੈ ਦੇ ਦਿੱਤੀ ਗਈ ਹੈ ਔਰ ਇਸ ਤੋਂ ਇਲਾਵਾ ਜਿਹੜਾ ਹੈ ਜੇਕਰ ਤੁਸੀਂ ਆਪਣਾ ਐਗਜ਼ਾਮ ਸੈਂਟਰ ਵੀ ਚੇਂਜ ਕਰਨਾ ਚਾਹੁੰਦੇ ਹੋ ਤਾਂ ਉਸ ਤੇ ਲਈ ਵੀ ਜਿਹੜੀ ਹੈ ਆਪਸ਼ਨ ਦਿੱਤੀ ਗਈ ਹੈ ਸੋ ਉਹ ਕਿਹੜੀ ਕਿਹੜੀ ਤਰੀਕ ਦਿੱਤੀ ਗਈ ਹੈ ਕਦੋਂ ਅਸੀਂ ਆਪਣਾ ਸਟੇਸ਼ਨ ਚੇਂਜ ਕਰ ਸਕਦੇ ਆ ਪੇਪਰ ਦੀ ਡੇਟ ਕੀ ਹੈ ਸੋ ਨੋਟੀਫਿਕੇਸ਼ਨ ਜਿਹੜਾ ਸਰਵਜਨਕ ਸੂਚਨਾ ਅੱਜ ਦਿੱਤੀ ਗਈ ਹੈ ਸੀਟੈਟ ਵੱਲੋਂ ਸੋ ਉਸਦੇ ਵਿੱਚ ਉਹਨਾਂ ਨੇ ਲਿਖਿਆ ਕਿ ਕੇਂਦਰੀ ਸਿੱਖਿਆ ਯੋਗਤਾ ਪ੍ਰੀਖਿਆ ਸੀਟੈਟ ਦਾ ਜਿਹੜਾ 14ਵਾਂ ਸੰਸਕਰਨ ਹੈ 5 ਜੁਲਾਈ 2020 ਰਵੀਵਾਰ ਨੂੰ ਹੋਣਾ ਸੀ ਪਰ 112 ਸ਼ਹਿਰਾਂ ਦੇ ਵਿੱਚ ਹੋਣਾ ਸੀ ਜੀ ਪਹਿਲਾਂ ਪਰ ਆਪਾਂ ਨੂੰ ਪਤਾ ਹੈ ਕਿ ਕੋਰੋਨਾ ਦੀ ਵਜ੍ਹਾ ਦੇ ਕਾਰਨ ਪ੍ਰਸ਼ਾਸਨਿਕ ਕਾਰਨਾਂ ਦੇ ਕਾਰਨ ਜਿਹੜਾ ਹੈ ਉਸ ਨੂੰ ਸਥगित ਕਰ ਦਿੱਤਾ ਗਿਆ ਸੀ ਹੁਣ ਜਿਹੜੀ ਉਹ ਪ੍ਰੀਖਿਆ 31 ਜਨਵਰੀ 2021 ਨੂੰ ਸੌਰੀ ਜਿਹੜਾ ਐਤਵਾਰ ਹੋਏਗੀ ਔਰ ਹੁਣ ਜਿਹੜੀ ਪ੍ਰੀਖਿਆ 135 ਸ਼ਹਿਰਾਂ ਦੇ ਵਿੱਚ ਲਈ ਜਾਏਗੀ ਜਿਸ ਦੇ ਵਿੱਚ ਕੋਈ ਨਵੇਂ ਪ੍ਰੀਖਿਆ ਸੈਂਟਰ ਜਿਹੜੇ ਲਖੀਮਪੁਰ ਨਾਗੋ ਬੇਗੂ ਸਰਾਏ ਗੋਪਾਲਗੰਜ ਪੂਰਨਮਾ ਰੋਤਾਸ ਸਹਿਰਸਾ ਸਾਰਣ ਬਲਾਈ ਦੁਰਗ ਬਲਾਸਪੁਰ ਹਜ਼ਾਰੀ ਬਾਗ ਜਮਸ਼ੇਦਪੁਰ ਲੁਧਿਆਣਾ ਸੋ ਲੁਧਿਆਣਾ ਜੇਕਰ ਕੋਈ ਕੈਂਡੀਡੇਟ ਹੁਣ ਲੈਣਾ ਚਾਹੇ ਸੀਟੈਟ ਦੇ ਸੈਂਟਰ ਤੱਕ ਲੈ ਸਕਦਾ ਜੀ ਇਸ ਤੋਂ ਇਲਾਵਾ ਅੰਬੇਡਕਰ ਨਗਰ ਬਜਨੌਰ ਬਲੰਦ ਸ਼ਹਿਰ ਦੇਵਰੀਆ ਗੋਂਡਾ ਮੈਨਪੁਰੀ ਪ੍ਰਤਾਪਗੜ ਸ਼ਾਹਜਾਨਪੁਰ ਸੀਤਾਪੁਰ ਔਰ ਉਦਮ ਸਿੰਘ ਨਗਰ ਨੂੰ ਜਿਹੜਾ ਹੈ ਨਵੇਂ ਸੈਂਟਰ ਬਣਾਇਆ ਗਿਆ ਔਰ ਐਸੇ ਪਛਾਣੇ ਕਿ ਸ਼ਹਿਰਾਂ ਦੀ ਇੱਕ ਸੂਚੀ ਸੋ ਇਸੇ ਤਰ੍ਹਾਂ ਦੇ ਹੋਰ ਸ਼ਹਿਰਾਂ ਦੀ ਇੱਕ ਸੂਚੀ ਜਿਹੜੀ ਹੈ www.cet.nic.in ਦੇਵੀ ਉਪਲਬਧ ਹੈ ਸੋ ਸੂਚੀ ਨੂੰ ਦੇਖ ਕੇ ਵੀ ਤੁਸੀਂ ਕੋਈ ਸੈਂਟਰ ਜੇਕਰ ਚੇਂਜ ਕਰਨਾ ਚਾਹਤ ਕਰ ਸਕਦੇ ਹੋ ਜੀ ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਉਹ ਜਿਹੜਾ ਸੈਂਟਰ ਚੇਂਜ ਕਰਨਾ ਚਾਹੁੰਦੇ ਹੋ ਤਾਂ ਉਸਦੇ ਲਈ ਇੱਕ ਸਮਾਂ ਦਿੱਤਾ ਗਿਆ ਜੀ 7 ਨਵੰਬਰ ਤੋਂ 16 ਨਵੰਬਰ 12 ਵਜੇ ਤੋਂ ਪਹਿਲਾਂ ਪਹਿਲਾਂ ਸੋ ਦੁਪਹਿਰ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਹੈ ਸੈਂਟਰ ਆਪਣੇ ਚੇਂਜ ਕਰ ਸਕਦੇ ਹੋ ਤੁਸੀਂ ਜਿਹੜੇ ਵੀ ਚਾਰ ਸੈਂਟਰ ਲਓਗੇ ਇਹਨਾਂ ਨੇ ਲਿਖਿਆ ਕਿ ਕੋਸ਼ਿਸ਼ ਕੀਤੀ ਜਾਏਗੀ ਕਿ ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਕੋਈ ਸੈਂਟਰ ਦਿੱਤਾ ਜਾਵੇ ਪਰ ਜੇਕਰ ਇਸ ਤੋਂ ਇਲਾਵਾ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਜਿਹੜਾ ਹੈ ਉਹਨਾਂ ਚਾਰਾਂ ਤੋਂ ਇਲਾਵਾ ਵੀ ਕੋਈ ਤੁਹਾਨੂੰ ਸੈਂਟਰ ਜਿਹੜਾ ਹੈ ਦਿੱਤਾ ਜਾ ਸਕਦਾ ਹੈ ਜੀ ਸੋ ਏਸੀਜੀ ਸੀਟੈਟ ਨੂੰ ਲੈ ਕੇ ਇੱਕ ਬ੍ਰੇਕਿੰਗ ਨਿਊਜ਼ ਤੇ ਇਦਾਂ ਜੀ ਕਿ ਪੇਪਰ ਕਦੋਂ ਹੋਣਾ ਬਹੁਤ ਦੇਰ ਦੀ ਵੇਟ ਸੀ ਇਸ ਦੇ ਲਈ ਸੋ ਇਸ ਦੇ ਲਈ ਤੁਸੀਂ ਸਾਡੇ ਦੂਸਰੇ ਚੈਨਲ ਸੀਟੈਟ ਨੋਟਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਐਸਐਸਟੀ ਔਰ ਸੀਡੀਪੀ ਦੀ ਪ੍ਰੈਪਰੇਸ਼ਨ ਲਈ ਪੰਜਾਬੀ ਪੈਡਾਗੋਜੀ ਦੀ ਪ੍ਰੈਪਰੇਸ਼ਨ ਲਈ ਸੋ ਉਸ ਚੈਨਲ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਦਾ ਵੀਡੀਓ